का फिर स्वागत है. क्विकली अपने कमेंट्स दो, लेट्स सी सारे की कह रहे हैं. जस्ट ट्राई टू बी ब्रीफ. हेलो हेलो. हाँ जी, कौन बोल रहे हो जी? मैं जी हरप्रीत चनियाना बोल रहा हूँ, टोरंटो कनाडा. तो थैंक यू फॉर कॉल. दस बहुत अच्छा लगा जी. जी एंड मेरे बच्चे भी लाइक दे आर ग्रोन अप. असी इक्वल रिस्पांसिबिलिटी शेयर कर दे सी. जी जी. And it really worked out to be good for us. Now I don't have to worry about anything. Thoda program bahut acha ji. Thank you so much. So equal responsibility. Now the relationship you are sharing is, you're really happy with it. Yes, ji, correct. Ji, absolutely ji, correct. Ji, ji. For example, aaj meri chutti hai. Haan ji. For example, aaj main off le aaya. By the time my wife comes, food is going to be ready in the kitchen. Oh, lovely. Thank you so much. I really appreciate this call. And Anupush Deya, hello. Hello, Arvind ji. I'm Kiran. Dobara phone kar rahi hain. Haan ji, dasso ji. Actually, sorry. Pehla main actually puri gal shuru ch nahi main mera miss ho gaya si. Haan. Te mainu oh point sada main baat ch sunya ke oh jehdi ladki hai, mother, oh lonely feel kardi hai. She feels she misses him. Right. That point I had not heard. Ji dasso. That case, I mean, a bahut responsibility husband di bhi ho jayegi. Ke unu pura emotional support deve. Te ude nal time spend karan da koi na koi tarika, matlab kite na kite dusriyan cheezan chhad ke jehdiyan wait kar sakdi hai, you know, prioritize karna payega. Bahut ude nal jyada to jyada spend kare. Bachche de nal jadon ikatthe hunde hai, jadon awake hunde hai, ਉਦੋਂ ਮਤਲਬ ਖੇਡਾਂ ਬੱਚੇ ਨੂੰ ਜਿੱਦਾਂ ਯੂ ਨੋ ਯੂ ਇੰਜੋਏ ਦ ਚਾਈਲਡ ਟੂਗੇਦਰ. ਠੀਕ ਹੈ ਕਿਰਨ ਜੀ, ਵੀ ਗੋਟ ਯੂਰ ਮੈਸੇਜ. ਲੈਟਸ ਟੇਕ ਕਪਲ ਆਫ ਮੋਰ ਕਾਲਸ. ਹੈਲੋ ਹੈਲੋ. ਹਾਂਜੀ, ਕੌਣ ਬੋਲ ਰਹੇ ਹੋ ਜੀ? ਕੈਨ ਯੂ ਆਸਕ ਅਰਵਿੰਦ ਜੀ ਟੂ ਕਾਲ ਮੀ ਆਫ ਏਅਰ ਪਲੀਜ਼? ਓਕੇ ਜੀ, ਮੈਂ ਕਾਲ ਤੁਹਾਨੂੰ ਕਰ ਲਾਂਗੀ. ਓਕੇ, ਸੋ let's take another call. Hanji, hello. Hanji, sat sri akal. Okay, hello. Hanji, sat sri akal. Sat sri akal beta, ki haal hai? Aunty, 30 seconds, dasso ki kehnde ho? Vadhiya question leke aunni hai. Thank you, tera bahut bahut baki hega hai. Hanji. ਵੀ ਕਈ ਵਾਰ ਬੇਟੇ ਤੁਸੀਂ ਆਪਣੇ ਘਰਾਂ ਵਿੱਚ ਤੁਸੀਂ ਬੱਚੇ ਪਾਲੇ ਨੇ, ਅਸੀਂ ਵੀ, ਪਰ ਜਿਨ ਚਿਰ ਬੱਚਾ ਨਾਲ ਲਾ ਕੇ ਮਾਂ ਦੇ ਨਾਲ ਸਵੇ ਤ੍ਰਿਸ਼ਨਾ ਮੱਠੀ ਨਹੀਂ ਹੁੰਦੀ. ਪਿਓ ਦਾ ਕੀ ਹੋਏਗਾ? ਪਿਓ ਦਾ ਮੈਂ ਇਹ ਕਹਾਂਗੀ ਉਹਨਾਂ ਨੂੰ, ਕੋਈ ਗੱਲ ਨੀ, ਪ੍ਰਾਈਵੇਸੀ ਸਾਰੀ ਜ਼ਿੰਦਗੀ ਸੁਹਾਗ ਰਵੇ, ਵਾਹਿਗੁਰੂ ਕਰੇ, ਪਰ ਬੱਚੇ ਛੋਟੇ ਜਿਹੇ ਇਕੱਲਾ ਨਾ ਪਾਵੇ, ਉਹਦੀ ਮੰਮੀ ਨਾਲ ਸੌ ਜਾਵੇ ਘਰੇ. ਜਿਹੜੇ ਬੰਦੇ ਨੇ ਕੰਮ ਕਰਨਾ, ਰਾਤ ਨੀਂਦ ਵੀ ਚਾਹੀਦੀ, ਥੋੜਾ ਆਰਾਮ ਵੀ ਚਾਹੀਦਾ ਹੈ, ਤੇ ਬੱਚੇ ਨੂੰ ਪਿਆਰ ਕਰਕੇ ਨਾਲ. ਜੇ ਬੱਚਾ ਰਾਤ ਇਕੱਲਾ ਸੁੱਤਾ ਵਾ, ਡਰ ਜਾਂਦਾ, ਕਈ ਵਾਰ ਉੱਠ ਪੈਂਦਾ, ਫਿਰ ਵੀ ਉੱਠ ਕੇ ਜਾਣਾ ਪੈਂਦਾ ਹੈ ਨਾ. ਬਹੁਤ ਵਧੀਆ ਆਂਟੀ ਜੀ, ਛਾਤੀ ਦੇ ਨਾਲ ਲਾ ਕੇ ਸੌਂਗੀ. ਮਾਂ ਦਾ ਪਿਆਰ ਬੱਚੇ ਨੂੰ ਵੀ ਬੜਾ ਚੰਗਾ ਲੱਗੇਗਾ, ਤੇ ਸਾਨੂੰ ਤੇ ਜਿੰਨ ਚਿਰ ਬੱਚੇ ਨਾਲ ਨਹੀਂ ਸੀ ਲੱਗਦਾ, ਨੀਂਦ ਨਹੀਂ ਸੀ ਆਉਂਦੀ. ਮੈਂ ਇਹ ਕਹਾਂਗੀ ਬੱਚੇ ਨੂੰ ਲੈ ਕੇ ਅਲੱਗ ਕਮਰੇ ਸੌ ਜਾਵੇ, ਕਦੇ ਛੁੱਟੀ ਵਾਲੇ ਨੇ ਇੰਜੋਏ ਕਰਨ, ਹਸਬੈਂਡ ਵਾਈਫ, ਤੇ ਬੱਚੇ ਨੂੰ ਇਕੱਲਾ ਨਾ ਪਾਉਣ. ਮੈਂ ਤਾਂ ਇੰਨਾ ਹੀ ਕਹਾਂਗੀ, ਬੱਚੇ ਦਾ ਜਿਹੜਾ ਹੈ ਨਾ, ਉਹਦਾ ਪਤਾ ਨਹੀਂ ਸਮਝ ਵਾਲਾ ਹੋਏਗਾ, ਤਾਂ ਉਹਨੂੰ ਕੀ ਪਤਾ ਲੱਗਿਆ ਮੇਰੇ ਨਾਲ ਕੋਈ ਸੁੱਤਾ ਨਹੀਂ, ਮੇਰੀ ਮੰਮੀ ਮੇਰੇ ਨਾਲ ਪਈ ਕਿ ਨਹੀਂ. ਥੈਂਕ ਯੂ ਆਂਟੀ ਜੀ, ਥੈਂਕ ਯੂ ਸੋ ਮਚ. ਸਾਨੂੰ ਗੱਲ ਸਮਝ ਆ ਗਈ ਤੁਸੀਂ ਕੀ ਕਹਿਣਾ ਚਾਹ ਰਹੇ ਹੋ. ਹੈਲੋ, ਕਾਲ ਬਿਜ਼ੀ ਜਾ ਰਹੀ ਹੈ, ਬਟ ਸਮਾਂ ਵੀ ਹੋਰ ਜ਼ਿਆਦਾ ਨਹੀਂ ਹੈ ਸਾਡੇ ਕੋਲ ਕਾਲਸ ਲੈਣ ਦਾ. ਬਹੁਤ ਵਧੀਆ ਕਿ ਤੁਸੀਂ ਸਾਰੇ ਨੇ ਕਾਲ ਕੀਤੀ. ਦ ਥਿੰਗ ਇਜ਼ ਕਿ ਜਿਸ ਤਰ੍ਹਾਂ ਕਿਰਨ ਜੀ ਨਾਲ ਮੈਂ ਸਹਿਮਤ ਹਾਂ ਲਿਟਲ ਬਿਟ, ਕਿ ਹਰ ਬੰਦਾ ਡਿਫਰੈਂਟ ਹੈ. ਸੋ ਤੁਸੀਂ ਇਹ ਡੈਫੀਨੇਟਲੀ ਸਾਨੂੰ ਦੱਸ ਰਹੇ ਨੇ ਕਿ ਉਹ ਲੋਨਲੀ ਫੀਲ ਕਰਦੇ ਨੇ, ਉਹ ਮਿਸ ਕਰਦੇ ਨੇ ਕਿ, ਐਂਡ ਉਹਨਾਂ ਨੂੰ ਇਨਸਿਕਿਉਰਟੀ ਹੈ ਕਿ ਯਾਰ ਇੱਥੇ ਕਿਤੇ ਦੂਰੀਆਂ ਹੀ ਨਾ ਪੈ ਜਾਣ, ਯੂ ਨੋ, ਉਹ ਬੌਂਡ ਤਾਂ ਨਹੀਂ ਕਮਜ਼ੋਰ ਹੋ ਜਾਏਗਾ. ਉਹਨਾਂ ਨੇ ਖੁਦ ਇਹ ਕਿਹਾ. ਸੋ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਹਸਬੈਂਡ, ਯੂ ਨੋ, ਆਪਣਾ ਪ੍ਰਾਇਰਟਾਈਜ਼ ਕਰੇ ਔਰ ਟਾਈਮ ਹੋਰ ਤਰੀਕੇ ਨਾਲ. ਆਈ ਥਿੰਕ ਕਈ ਸੁਜੈਸ਼ਨਸ ਹੈ ਕਿ ਤੁਸੀਂ ਸੋਵੋ ਇਕੱਠੇ ਪਹਿਲੇ, ਥੋੜ੍ਹਾ ਜਿਹਾ ਵਿੱਚ ਆ ਜਾਂਦੇ ਆ ਤੁਸੀਂ, ਯੂ ਨੋ, ਫਿਰ ਥੋੜ੍ਹਾ ਜਿਹਾ ਨਿਕਲ ਕੇ, ਅਗਰ ਇੰਨੀ ਜ਼ਿਆਦਾ ਨੀਂਦ ਦੀ ਰਿਕੁਆਇਰਮੈਂਟ ਇਸ ਤਰ੍ਹਾਂ ਦੀ ਹੈ, ਤਾਂ ਥੋੜ੍ਹਾ ਨਿਕਲ ਕੇ ਕੁਝ ਘੰਟੇ ਪੂਰੀ ਨੀਂਦ ਲੈ ਲਓ. ਸੋ ਇਹ ਮੋਰ ਇਨ ਦਾ, ਇਟਸ ਮੋਰ ਇਨ ਦਾ ਮਾਇੰਡ. ਤੁਹਾਡੀ ਹਰ ਬੰਦੇ ਦੀ ਨੀਡ ਵੀ ਡਿਫਰੈਂਟ ਹੈ, ਨੀਂਦ ਦੀ ਵੀ ਔਰ, ਯੂ ਨੋ, ਪੀਸ ਆਫ ਮਾਇੰਡ ਦੀ ਵੀ. ਬਟ ਉਹੀ ਥੋੜ੍ਹਾ ਜਿਹਾ, ਇਹ ਨਹੀਂ ਹੈਗਾ ਕਿ ਉਹਨੂੰ ਹੀ, ਲੇਡੀ ਨੂੰ ਹੀ ਸਾਰਾ ਕੁਝ ਕਰਨਾ ਪਏਗਾ. ਉਹ ਤਾਂ ਪਹਿਲਾਂ ਹੀ, ਜਿਵੇਂ ਕਿਸੇ ਨੇ ਕਿਹਾ ਸੀ, ਉਹ ਪਹਿਲਾਂ ਹੀ ਸੈਕਰੀਫਾਈਸ ਕਰ ਰਿਹਾ ਹੈ ਸਾਲ, ਕਿਉਂਕਿ ਉਹ ਇਨਕਮ ਕੁੜੀ ਦੀ ਨਹੀਂ ਆ ਰਹੀ. ਅਤੇ ਕੁੜੀ ਦਾ ਕੋਈ ਸੈਕਰੀਫਾਈਸ ਨਹੀਂ ਕਿ ਹਾਂ ਉਹਦੀ ਪ੍ਰੋਫੈਸ਼ਨਲ, ਬਹੁਤ ਸਾਰੇ ਪ੍ਰੋਫੈਸ਼ਨ ਹਨ ਜਿਹਦੇ 'ਚ ਸਾਲ ਦਾ ਤੁਸੀਂ ਗੈਪ ਪਾ ਲਓ, ਵੈਸੇ ਹੀ ਤੁਸੀਂ ਆਪਣੀ ਜਿਹੜਾ ਵਰਕ ਪਲੇਸ ਦੇ ਵਿੱਚ ਪਿੱਛੇ ਪੈ ਜਾਂਦੇ ਹੋ. ਹੋਰ ਬੜੀਆਂ ਚੀਜ਼ਾਂ ਹੈ ਜਿਹੜੀਆਂ ਕਿ ਤੁਸੀਂ ਸਭ ਕੁਝ ਛੋੜਿਆ ਹੋਇਆ, ਘਰ ਬੈਠੇ ਹੋਏ ਹੋ.
ਸੋ ਉਹ ਸਾਰਾ ਬਰਾਬਰ ਹੀ ਹੈ, ਉਹ ਅਸੀਂ ਤੋਲ ਕੇ ਨਹੀਂ ਕਹਿ ਸਕਦੇ ਕਿ ਕਿਹਦਾ ਜ਼ਿਆਦਾ ਹੈ ਕਿਹਦਾ ਘੱਟ ਹੈ। ਸੋ ਦਾ ਥਿੰਗ ਇਜ਼ ਕਿ ਤੁਹਾਡੇ ਦੋਨਾਂ ਦਾ ਬੱਚਾ ਹੈ, ਦੋਨਾਂ ਨਾਲ ਬਹੁਤ ਸੋਹਣੀ ਖੁਸ਼ੀਆਂ ਵਾਹਿਗੁਰੂ ਨੇ ਬਖਸ਼ੀਆਂ, ਅਤੇ ਦੋਨਾਂ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਤੁਸੀਂ ਉਹਨੂੰ ਕਰੋ ਐਂਡ ਖਾਲੀ ਡਿਊਟੀ ਸਮਝ ਕੇ ਨਹੀਂ। ਜਿਸ ਤਰ੍ਹਾਂ ਇੱਕ ਵੀਰ ਨੇ ਕੈਨੇਡਾ ਤੋਂ ਫੋਨ ਕੀਤਾ ਹੈ ਕਿ ਜੋ ਅਸੀਂ ਇੰਜੋਏ ਕਰ ਰਹੇ ਹਾਂ ਬੌਂਡ, ਉਹ ਉਸ ਟਾਈਮ ਦੇ ਕਰਕੇ ਹੈ। ਔਰ ਮੈਨ ਆਈ ਕੈਨ ਰਿਲੇਟ ਟੂ ਦੈਟ ਕਿ ਉਸ ਟਾਈਮ ਦੇ ਵਿੱਚ ਵਾਕਈ ਜਦੋਂ ਇੱਕ ਪਤਾ ਸੀ ਕਿ ਸਵੇਰੇ ਕੰਮ ਕਰਨ ਜਾਣਾ, ਬਟ ਇੱਕ ਪਿੱਠ ਟਿਕਾਉਣ ਵਾਸਤੇ ਵੀ ਮਿਲ ਜਾਂਦੀ ਹੈ ਨਾ, ਅਗਰ ਤੁਸੀਂ ਫੀਡ ਕਰੋ ਔਰ ਤੁਸੀਂ ਹਸਬੈਂਡ ਦੀ ਪਿੱਠ 'ਤੇ ਆਪਣੀ ਪਿੱਠ ਟਿਕਾ ਲਓ, ਉਹਦੇ 'ਚ ਹੀ ਦ ਬੌਂਡ ਇਜ਼, ਐਂਡ ਦੋਜ਼ ਆਰ ਮਾਈ ਫੇਵਰੇਟ ਮੈਮਰੀਜ਼। ਸੋ ਯੂ ਨੋ ਆਈ ਡੈਫੀਨੇਟਲੀ ਪ੍ਰਮੋਟ ਦਿਸ ਕਿ ਟਾਈਮ ਪੂਰਾ ਦਿਓ, ਨੀਡਸ ਆਪਣੀਆਂ ਆਪਣੀਆਂ ਨੇ, ਨੀਡਸ ਦਾ ਵੀ ਧਿਆਨ ਰੱਖਣਾ, ਪਰ ਉਹਦੇ ਵਿੱਚ ਇੱਕ ਦੂਜੇ ਨੂੰ ਸੁਣੋ, ਇੱਕ ਦੂਜੇ ਦੀ ਰਿਕੁਆਇਰਮੈਂਟ ਨੂੰ ਦੇਖੋ। ਮੈਨੂੰ ਸਿਰਫ ਨੀਂਦ ਚਾਹੀਦੀ ਹੈ, ਤੂੰ ਜੋ ਮਰਜ਼ੀ ਕਰ, ਉਹ ਵਾਲਾ ਐਟੀਟਿਊਡ ਨਾ ਹੋਏ। ਅੱਜ ਵਾਸਤੇ ਇੰਨਾ ਹੀ, ਕੱਲ੍ਹ ਫਿਰ ਮੁਲਾਕਾਤ ਹੋਏਗੀ ਜ਼ਰੂਰ ਇਸੀ ਵੇਲੇ। ਗੱਲ ਹੈਗੀ ਹੈ ਬੋਡੀ ਇਮੇਜ ਦੀ, ਕੱਲ੍ਹ ਕੋਈ ਐਸਾ ਪਾਰਟ ਆਫ ਬੋਡੀ, ਕੋਈ ਐਸੀ ਚੀਜ਼ ਤੁਹਾਡੇ ਬਾਰੇ ਯੂ ਨੋ ਜਿਹੜੀ ਤੁਹਾਨੂੰ ਨਾ ਪਸੰਦ ਹੋਏ, ਜ਼ਰੂਰ ਸ਼ੇਅਰ ਕਰਨੀ ਹੈ। ਕੱਲ੍ਹ ਵਾਸਤੇ, ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।